ਪਿਛਲੇ ਦਿਨੀ ਐਬਸਫੋਰਡ ਦੀ ਰਹਿਣ ਵਾਲੀ 3 ਸਾਲ ਦੀ ਬੱਚੀ ਨਿਮਰਤ ਗਿਲ ਦੀ ਮੌਤ ਨੇ ਉਸਦੇ ਮਾਪਿਆਂ ਸਮੇਤ ਪੂਰੀ ਕਮਿਊਨਿਟੀ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਨਿਮਰਤ ਗਿਲ ਦੇ ਮਾਪਿਆਂ ਨੇ ਚੈਨਲ ਪੰਜਾਬੀ ਨਾਲ ਗੱਲਬਾਤ ਦੌਰਾਨ ਆਪਣੀ ਬੱਚੀ ਦੀ ਮੌਤ ਦਾ ਕਾਰਨ ਐਬਸਫੋਰਡ ਰੀਜਨਲ ਹਸਪਤਾਲ ਦੇ ਸਟਾਫ ਦੀ ਅਣਗਹਿਲੀ ਨੂੰ ਦੱਸਿਆ ਪਿਛਲੇ ਦਿਨੀ ਐਬਸਫੋਰਡ ਵਿੱਚ 3 ਸਾਲ ਦੀ ਮਾਸੂਮ ਬੱਚੀ ਨਿਮਰਤ ਗਿਲ ਦੀ ਮੌਤ ਨੇ ਨਾ ਸਿਰਫ ਮਾਪਿਆਂ ਸਗੋਂ ਸਾਰੀ ਕਮਿਊਨਿਟੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਨਮਰਤ ਗਿਲ ਦੇ ਮਾਪੇ ਆਪਣੀ ਬੱਚੀ ਦੀ ਮੌਤ ਦਾ ਕਾਰਨ ਐਬਸਫੋਰਡ ਰੀਜਨਲ ਹਸਪੀਟਲ ਦੇ ਸਟਾਫ ਦੀ ਲਾਪਰਵਾਹੀ ਨੂੰ ਦੱਸ ਰਹੇ ਹਨ ਇਸ ਸੰਨੇ ਵਾਲੇ ਦਿਨ ਜਿੱਦਾਂ ਮੇਰੀ ਬੇਟੀ ਨੂੰ ਫੀਵਰ ਤੇ ਕਫ ਦੀ ਪ੍ਰੋਬਲਮ ਸੀਗੀ ਡਿਊਰਿੰਗ ਡੇ ਟਾਈਮ ਜਿੱਦਾਂ ਸਨੋ ਕਾਫੀ ਪੈ ਰਹੀ ਸੀ ਮੈਂ ਸੋਚਿਆ ਕਿ ਚਲੋ ਖੰਗ ਤੇ ਫੀਵਰ ਹੀ ਹੈਗਾ ਦਵਾਈ ਦੇ ਲੈਨੇ ਘਰੇ ਟਾਇਲਨਲ ਵਗੈਰਾ ਉਹ ਦਿੱਤੀ ਜਿੱਦਾਂ ਰਾਤ ਨੂੰ ਫਿਰ ਉਹ ਨਹੀਂ ਸੌ ਸਕਦੀ ਸੀ ਇਹ ਤਾਂ ਪੈਂਦੀ ਸੀ ਤੇ ਹੱਥੂ ਆ ਜਾਂਦੇ ਸੀ ਤੇ ਫਿਰ ਉਹ ਉੱਠ ਕੇ ਰੋਂਦੀ ਸੀ ਤੇ ਫਿਰ ਇਦਾਂ ਚਲੋ 1:30 ਵਜੇ ਤੱਕ ਮੈਂ ਬੈਠੀ ਰਹੀ ਤੇ ਫਿਰ ਮੇਰੇ ਹਸਬੰਦ ਆਏ ਸੀ ਕੰਮ ਤੋਂ ਤੇ ਮੈਂ ਕਿਹਾ ਕਿ ਰੋਈ ਜਾ ਰਹੀ ਆ ਤੇ ਸੌਂਦੀ ਨਹੀਂ ਹੈਗੀ ਤੇ ਵੀ ਆਪਾਂ ਇਹਨੂੰ ਹਸਪੀਟਲ ਲੈ ਚਲਦੇ ਆ ਉਹ ਵੀ ਕਹਿੰਦੇ ਮੈਂ ਵੀ ਸਿੱਕ ਆਗਾ ਮੈਂ ਵੀ ਚੱਲਦਾ ਨਾਲ ਹੀ ਫਿਰ ਅਸੀਂ ਦੋਨੇ ਚਲੇ ਗਏ ਜਿੱਦਾਂ ਤੇ 2 ਵਜੇ ਅਸੀਂ ਗਏ ਸੀ ਤੇ 2 ਵਜੇ ਜਿੱਦਾਂ ਸਵੇਰ ਨੂੰ ਬੰਦੀ ਤੇ ਫਿਰ ਉਹਨਾਂ ਨੇ ਜਿੱਦਾਂ ਚੈੱਕ ਕਰਕੇ ਮੇਰੇ ਹਸਬੰਦ ਨੂੰ ਤਾਂ ਜਿੱਦਾਂ ਮੈਡੀਕੇਸ਼ਨ ਵੀ ਦੇਤੀ ਹੈਗੀ ਆ ਤੇ ਐਕਸ-ਰੇ ਵੀ ਕਰਲੇ ਪਰ ਡਾਕਟਰ ਨੂੰ ਕਹਿੰਦੇ ਕਿ ਬਿਲਕੁਲ ਠੀਕ ਆ ਕੋਈ ਪ੍ਰੋਬਲਮ ਨਹੀਂ ਹੈਗੀ ਇਹਨੂੰ ਟਾਇਲ ਨਾਲ ਦੇਈ ਜਾਇਓ ਹਰ ਇੱਕ 4 ਘੰਟੇ ਬਾਅਦ ਤੇ ਇਦਾਂ ਫਿਰ ਉਹਨਾਂ ਤੇ ਯਕੀਨ ਕਰ ਲਿਆ ਕਿ ਜੇ ਹਸਪੀਟਲ ਵਾਲੇ ਇਦਾਂ ਕਹਿ ਰਹੇ ਆ ਕਿ ਠੀਕ ਆ ਤੇ ਫਿਰ 3 ਵਜੇ ਉਹਨੂੰ ਬੌਮਿਟਿੰਗ ਆ ਰਹੀ ਸਟਾਰਟ ਹੋਈ ਹੈ ਜਿੱਦਾਂ ਫਿਰ ਮੈਂ ਉਹਨੂੰ 5 ਵਜੇ ਫੇਰ ਲੈ ਗਈ ਹਸਪੀਟਲ ਤੇ ਫਿਰ ਜਦੋਂ ਗਏ ਉਹਨਾਂ ਨੇ ਫਿਰ ਮੈਂ ਕਿਹਾ ਵੀ ਇਹਨੂੰ ਬੌਮਿਟਿੰਗ ਆ ਰਹੀ ਆ ਤੇ ਉਹਨਾਂ ਨੇ ਫਿਰ ਚੈੱਕ ਕਰਕੇ ਜਿੱਦਾਂ ਅੰਦਰ ਭੇਜਿਆ ਪਰ ਜਿਹੜਾ ਡਾਕਟਰ ਸੀ ਉਹ ਕਹਿੰਦਾ ਮੇਰੀ ਹੁਣ ਸ਼ਿਫਟ ਖਤਮ ਹੋਣ ਲੱਗੀ ਆ ਮੇਰੇ ਬਾਅਦ ਵਾਲਾ ਡਾਕਟਰ ਇਹਨੂੰ ਚੈੱਕ ਕਰੂਗਾ ਤੇ ਫਿਰ ਉਹ ਘੰਟੇ ਡੇਢ ਘੰਟੇ ਬਾਅਦ ਦੂਸਰਾ ਡਾਕਟਰ ਆਇਆ ਉਹਨੇ ਚੈੱਕ ਕੀਤਾ ਤੇ ਕੋਈ ਨਹੀਂ ਆਇਆ ਹੈਗਾ ਹਾਂਜੀ ਨਰਸਾਂ ਬਸ ਆਈਆਂ ਤੇ ਉਹ ਬੁਖਾਰ ਦੇਖਿਆ ਕਹਿੰਦੀਆਂ ਠੀਕ ਆ ਤੇ ਟੈਨਲ ਐਡਵਲ ਵਗੈਰਾ ਉਹ ਕਹਿੰਦੇ ਕਦੋਂ ਦਿੱਤੀ ਮੈਂ ਕਿਹਾ ਵੀ ਮੈਂ ਇਹਨੂੰ 3 ਵਜੇ ਦਿੱਤੀ ਆ ਫਿਰ ਉਹ ਕਹਿੰਦੇ 7 ਵਜੇ ਦੇਣੀ ਹੈਗੀ ਅਜੇ ਟਾਈਮ ਨਹੀਂ ਹੋਇਆ ਚਲੋ ਇਦਾਂ ਕਹਿ ਕੇ ਉਹ ਵੀ ਚਲੀਆਂ ਗਈਆਂ ਫਿਰ ਡਾਕਟਰ ਆਏ ਉਹਨੇ ਚੈੱਕ ਕਰਕੇ ਐਕਸ-ਰੇ ਤੇ ਬਲੱਡ ਟੈਸਟ ਲਿਖਤਾ ਤੇ ਫਿਰ ਉਹ ਚਲੇ ਗਿਆ ਘੰਟੇ ਬਾਅਦ ਫਿਰ ਐਕਸ-ਰੇ ਵਾਲੇ ਆਏ ਤੇ ਫਿਰ ਉਦੋਂ ਅੱਧੇ ਘੰਟੇ ਬਾਅਦ ਬਲੱਡ ਵਾਲੇ ਆਏ ਉਹਨਾਂ ਨੇ ਬਹੁਤ ਜਿੱਦਾਂ ਫਿਰ ਉਹ ਕੀਤਾ ਉਹਦੀ ਨਾੜ ਵਗੈਰਾ ਲੱਭਣ ਲਈ ਉਹ ਕਾਦਰੀ ਫਿਰ ਕਹਿੰਦੇ ਹਜੇ ਤਾਂ ਅੱਧੇ ਟੈਸਟ ਲਈ ਬਲੱਡ ਨਿਕਲਿਆ ਸੀ ਫੇਰ ਆਵਾਂਗੇ ਬੈਕ ਇਦਾਂ ਕਹਿ ਕੇ ਚਲੇ ਗਏ ਤੇ ਫਿਰ ਉਸ ਤੋਂ ਬਾਅਦ ਮੈਂ ਨਰਸ ਨੂੰ 10 ਮਿੰਟ ਬਾਅਦ ਸੱਦਿਆ ਮੈਂ ਕਿਹਾ ਵੀ ਇਹ ਇਰੀਟੇਟ ਹੋਣ ਲੱਗ ਗਈ ਆ ਉਹ ਜਿੱਦਾਂ ਵਾਈਟ ਕਰ ਰਹੀ ਸੀ ਆਪਣੇ ਬੁੱਲਾਂ ਤੇ ਤੇ ਹੱਥਾਂ ਨੂੰ ਜਿੱਦਾਂ ਬਾਈਟ ਕਰਨ ਲੱਗੀ ਮੈਂ ਕਿਹਾ ਇਹ ਕਿਉਂ ਖਿਜ ਜੇ ਰਹੀ ਆ ਹੁਣ ਉਹ ਕਹਿੰਦੀ ਵੀ ਇਹਦਾ ਬਲੱਡ ਵਰਕ ਕੀਤਾ ਇਸ ਲਈ ਖੈਸਦੀ ਆ ਤੇ ਉਦਾਂ ਇਹ ਕਹਿ ਕੇ ਚਲੀ ਗਈ ਉਸ ਤੋਂ ਬਾਅਦ 10 ਮਿੰਟ ਬਾਅਦ ਡਾਕਟਰ ਆਇਆ ਉਹ ਆ ਕੇ ਲਿਖਣ ਲੱਗ ਗਿਆ ਫਿਰ ਇਦਾਂ ਮੈਂ ਉਹਨੂੰ ਦੱਸ ਰਹੀ ਹਾਂ ਵੀ ਜੇ ਡਾਕਟਰ ਉਹਨਾਂ ਦਾ ਵੀ ਇਹ ਤਾਂ ਇਦਾਂ ਲਾਇਕ ਨਹੀਂ ਕਰਦੀ ਵੀ ਇਹ ਹੁਣ ਮੂਵ ਕਿਉਂ ਨਹੀਂ ਕਰ ਰਹੀ ਹੈਗੀ ਵੀ ਡਾਕਟਰਾਂ ਤੇ ਰਿਐਕਸ਼ਨ ਕਿਉਂ ਨਹੀਂ ਕਰ ਰਹੀ ਤੇ ਇਹਦੀ ਸਕਿਨ ਦਾ ਕਲਰ ਚੇਂਜ ਹੋਈ ਜਾ ਰਿਹਾ ਤੇ ਬੋਲ ਨਹੀਂ ਪ੍ਰੋਪਰਲੀ ਪਾ ਰਹੀ ਕਹਿੰਦੇ ਬਾਡੀ ਇਹਦੀ ਟੈਂਪਰੇਚਰ ਨਾਲ ਫਾਈਟ ਕਰ ਰਹੀ ਆ ਇਹ ਡਾਕਟਰ ਦਾ ਰਿਸਪਾਂਸ ਸੀ ਪਰ ਉਹ ਆਪਣੇ ਨੋਟ ਬਣਾਈ ਜਾ ਰਹੇ ਆ ਸੀਗਾ ਫਿਰ ਜਦੋਂ ਉਹਨੇ ਮੇ ਵੀ ਦੇਖਿਆ ਐਂਡ ਤੇ ਫਿਰ ਉਹਨੇ ਬਾਹਰ ਜਾ ਕੇ ਕੋਡ ਕਾਲ ਕਰਤੀ ਹੈਗੀ ਫਿਰ ਸਾਰਾ ਹਸਪੀਟਲ ਆ ਗਿਆ ਜਾਨੂੰ ਤਾਂ ਸੀ ਆਈ ਥਿੰਕ ਆਲਮੋਸਟ ਗਨ ਪਰ ਇਨ ਇੰਡੀਅਨ ਟਾਈਮ ਚ ਈਵਨ दैट ਟਾਈਮ ਚ ਉਹਦੇ ਬਾਹਰ گئے ਗਏ ਇੱਕ ਨਰਸ ਆਈਆ ਬਲੱਡ ਲੈ ਰਹੀ ਆ ਉਹਦਾ ਬਾਡੀ ਉਹਦੀ ਕਿਦਾਂ ਬਲੂ ਹੋਈ ਪਈ ਆ ਪਰ ਆਈ ਡੋਨਟ ਨੋ ਸਟਿਲ ਅ ਟ੍ਰਾਈ ਕਰ ਰਹੀ ਆ ਉਹਦਾ ਬਲੱਡ ਲੈਣ ਦੀ ਵੀ ਉਹਨੂੰ ਇਹਨਾ ਨਹੀਂ ਪਤਾ ਵੀ ਇਹਦੇ ਵਿੱਚ ਹੈ ਕੀ ਜਾਂ ਨਹੀਂ ਹੈ ਇਹ ਜਿਆ ਸਟਾਫ ਉੱਤੇ ਨਾ ਬਿਲਕੁਲ ਗੈਰ ਜ਼ਿੰਮੇਵਾਰ ਮਿਲਿਆ ਸਾਨੂੰ ਕਿ ਸਾਡੀ ਇੰਨੀ ਸੋਹਣੀ ਬੱਚੀ ਬੀਨਾਲ ਅੱਜ ਦੇ इवन 4-5 ਆਵਰ ਚ ਚਲੀ ਗਈ ਹੈ इवन ਅਸੀਂ ਪਹਿਲੇ ਦਿਨ ਜਾ ਕੇ ਆਏ ਉਹਨਾਂ ਨੂੰ ਇਦਾਂ ਨਹੀਂ ਪਤਾ ਲੱਗਿਆ ਨਮੋਨੀਆ ਦੇ ਕਾਂਟ ਫਾਈਂਡ ਇਟ ਉਹਨਾਂ ਨੂੰ ਤਾਂ ਐਵੇਂ ਨਹੀਂ ਸੀ ਪਤਾ ਵੀ ਕੀ ਪ੍ਰੋਬਲਮ ਹੈ ਕੀ ਨਹੀਂ ਡਾਇਗਨੋਸ ਹੋਣ ਤੋਂ ਪਹਿਲਾਂ ਹੀ ਉਹ ਵਿਚਾਰੀ ਚਲੀ ਗਈ ਹੈ ਨਮਰਾਂ ਤੇ ਮਾਪਿਆਂ ਅਨਸਾਰ ਉਹਨਾਂ ਦੀ ਬੱਚੀ ਨੇ ਕਿਸੇ ਵੀ ਹਾਲਤ ਵਿੱਚ ਮੁੜ ਕੇ ਨਹੀਂ ਆਉਣਾ ਪਰ ਉਹ ਚਾਹੁੰਦੇ ਹਨ ਕਿ ਸਰਕਾਰ ਕਿਸੇ ਤਰ੍ਹਾਂ ਇਸ ਦਰਦਨਾਕ ਮੌਤ ਦੀ ਪੜਤਾਲ ਕਰਵਾਵੇ ਤਾਂ ਕਿ ਅੱਗੇ ਤੋਂ ਕਿਸੇ ਹੋਰ ਨਾਲ ਇਸ ਤਰ੍ਹਾਂ ਦੀ ਦੁਖਦਾਈ ਘਟਨਾ ਨਾ ਵਾਪਰੇ ਡਾਕਟਰ ਦੇ ਵੀ ਜਾਂਦੇ ਅਪਾਇੰਟਮੈਂਟ ਤਾਂ ਮਿਲਦੀ ਨਹੀਂ ਆਪ ਨੂੰ ਪਤਾ ਬਾਕੇ ਨੇ ਤੇ ਜਾ ਸਕਦੇ ਆਪਾਂ ਜੇ ਉਹਦੇ ਕੋਲੇ ਜਾਂਦੇ ਉੱਥੇ ਪਹਿਲਾਂ ਸੀ ਉਹਦੇ ਕੋਲੇ ਜਾਂਦੇ ਫਿਰ ਉਹ ਸਾਨੂੰ ਇੱਥੇ ਭੇਜਦਾ ਪਰ ਅਸੀਂ ਤਾਂ ਟਾਈਮ ਸੇਵ ਕਰਕੇ ਸਮਝ ਜਿਵਾਕ ਨੂੰ ਪਹਿਲਾਂ ਉਹ ਵੀ ਐਮਰਜੈਂਸੀ 'ਚ ਲੈ ਕੇ ਗਿਆ ਜੀ ਐਮਰਜੈਂਸੀ ਦਾ ਮਤਲਬ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਐਮਰਜੈਂਸੀ ਹੈ ਨਾ ਉੱਥੇ ਉਹ ਤਾਂ ਉਹ ਕਰ ਉੱਥੇ ਤਾਂ ਬੰਦੇ ਨੂੰ ਖੜਨ ਦੀ ਬੇਲ ਨਾ ਹੋਵੇ ਵੀ ਇੰਨੀ ਸੇਤੀ ਐਮਰਜੈਂਸੀ ਦਾ ਮਤਲਬ ਤਾਂ ਇਹ ਹੈ ਵੀ ਵੀ ਬਹੁਤ ਉਹ ਹੈ ਨਾ ਤੋ ਜਵਾਕ ਦੇਖ ਲੋ ਜੀ ਇਸ ਦੇਸ਼ ਦੇ ਵਿੱਚ ਬਿਨਾ ਦਵਾਈ ਤੋਂ ਚਲੇ ਗਿਆ ਸਰਕਾਰ ਨੂੰ ਸचेत ਹੋਣਾ ਚਾਹੀਦਾ ਇਸ ਮਾਮਲੇ ਤੇ ਮੈਂ ਇਹ ਸਮਝਦਾ ਸੀ ਮੈਨੂੰ ਪਰਮਸੀ ਵੀ ਇੱਥੇ ਜਿਹੜਾ ਹਸਪਤਾਲ ਚ ਪਹੁੰਚ ਗਿਆ ਕਿਉਂਕਿ ਸਰਕਾਰੀ ਪ੍ਰਬੰਧ ਵੀ ਉਹ ਉਹਨੂੰ ਕੋਈ ਉਹ ਨਹੀਂ ਹੁੰਦਾ ਨੁਕਸਾਨ ਨਹੀਂ ਹੁੰਦਾ ਪਰ ਮੇਰਾ ਉਸ ਦਿਨ ਭਰਮ ਟੁੱਟ ਗਿਆ ਵੀ ਨਹੀਂ ਤਾਂ ਸਾਡੇ ਇੰਡੀਆ ਨਾਲੋਂ ਵੀ ਮਾੜਾ ਹਾਲਤ ਇੱਥੇ ਤਾਂ ਹਸਪਤਾਲ ਅਧਿਕਾਰੀਆਂ ਨਾਲ ਸੰਪਰਕ ਕਰਨ ਤੇ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਅਤੇ ਉਹਨਾਂ ਅਨੁਸਾਰ ਇਹ ਸਬੰਧੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਖਾਸ ਕੇਸ ਬੰਦੀ ਉਹਨਾਂ ਕਿਸੇ ਵੀ ਟਿੱਪਣੀ ਤੋਂ ਇਨਕਾਰ ਕੀਤਾ।